मोहब्बत आपके हिसाब से कितनी बार हो सकती है? मोहब्बत एक बार होती है सिर्फ, फर्स्ट टाइम, उसके बाद मोहब्बत नहीं होती, फिर तो बस। ਰਹਿਣਾ ਤੂੰ ਐ ਚੰਗੀ ਗੱਲ ਆ ਬਹੁਤ ਤੁਸੀਂ ਮੈਂ ਇੱਥੇ ਕਿਵੇਂ ਸੋਚਿਆ ਫਿਰ ਇਹ ਦੋਸਤ ਨੂੰ ਫਸਾ ਦੇ ਮੈਨੂੰ ਯਹਾਂ ਪਰ ਕੈਸੇ ਕਾਲਜ ਮੇ ਪੜ੍ਹਨੇ ਉਹ ਇਹ ਕਿਹੜਾ ਗੌਸ਼ਾਲਾ ਚਾਉਂਦੇ ਐ आपका किसकी लड़की से मैरिज होगी ये बताएगा, इसको पता है भी लड़की कौन है? पता नहीं है सर, ये शादी कराता है। अच्छा बचोल है। ਸੋਹਾਂ ਦੀ ਸਤਿ ਸ਼੍ਰੀ ਅਕਾਲ ਮਿੱਤਰੋ, ਕੀ ਹਾਲ ਚਾਲ ਨੇ? ਉਮੀਦ ਕਰਦੇ ਹਾਂ, ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਅਤੇ ਜਿਹੜਾ ਅੱਜ ਦਾ ਸ਼ੂਟ ਹੈ ਜੀ ਉਹ ਬੜੀ ਖਾਸ ਜਗ੍ਹਾ 'ਤੇ ਹੋਣ ਲੱਗਿਆ, ਕਿਉਂਕਿ ਮੈਂ ਪਹਿਲੀ ਕਹਿਦਾ ਵੀ ਉਹ ਮਿੱਤਰੋ ਪਹਿਲਾਂ ਇੱਕੋ ਹੀ ਗੱਲ ਦੱਸ ਦਿਓ ਵੀ ਉਹ ਕਹਿੰਦੇ ਨਹੀਂ ਹੁੰਦੇ ਵੀ ਸਾਡਾ ਨਹੀਂ ਕਸੂਰ, ਸਾਡਾ ਸੋ ਮਿੱਤਰੋ ਸਾਡਾ ਸੰਗਰੂਰ ਜ਼ਿਲ੍ਹਾ ਹੈ ਜੀ, ਅਤੇ ਸੰਗਰੂਰ ਜ਼ਿਲ੍ਹੇ 'ਚ ਖੜ੍ਹਿਆਂ 'ਤੇ ਜਿਹੜਾ ਕਾਲਜ ਦਾ ਨਾਮ ਹੈ ਪਹਿਲਾਂ ਮੈਂ ਕਹਿੰਦਾ ਬੱਚਿਆਂ ਤੋਂ ਬੁਲਾ ਦਈਏ ਅਤੇ ਫਿਰ ਮੈਂ ਆਪ ਦੱਸੂੰਗਾ, ਠੀਕ ਹੈ ਜੀ? ਸੋ ਵੀ ਪਹਿਲਾਂ ਬੋਲਣਾ ਇਕੱਲੀਆਂ ਕੁੜੀਆਂ ਨੇ ਜੀ, ਅਤੇ ਫਿਰ ਬੋਲਣਾ ਜੋਸ਼ ਕਿਹਦੇ 'ਚ? ਮੁੰਡਾ ਹੀ ਹੈ, ਮੁੰਡੇ ਨੂੰ ਕਿਹਾ ਫਿਰ ਇੱਧਰ, ਠੀਕ ਹੈ ਜੀ? ਸੋ ਪਹਿਲਾਂ ਬੋਲਣਾ ਭਾਈ ਕੁੜੀਆਂ ਨੇ, ਫਿਰ ਬੋਲਣਾ ਮੁੰਡਿਆਂ ਨੇ। ਸੋ ਭਾਈ ਪਹਿਲਾਂ ਕੁੜੀਓ ਤੁਸੀਂ ਬੋਲਣਾ, ਮੁੰਡੇ ਫਿਰ ਬਾਅਦ 'ਚ ਬੇਇੱਜ਼ਤੀ ਨਾ ਕਰਾ ਦਿਓ। ਕੁੜੀਆਂ ਨੇ ਬੋਲਣਾ, ਕੁੜੀਓ ਕਾਲਜ ਦਾ ਨਾਮ ਕੀ ਹੈ ਜੀ? ਦੇਖ ਕਿਵੇਂ ਪੂਰੇ ਸਿਆਣੇ ਤਰੀਕੇ ਨਾਲ ਬੋਲਦੀਆਂ ਨੇ। ਹੁਣ ਤੁਹਾਨੂੰ ਦਿਖਾਉਣਾ ਵੀ ਬੋਲਣਾ ਕਿਹਨੂੰ ਕਹਿੰਦੇ ਆ। ਫਿਰ ਤਾਂ ਜੀ ਇੱਧਰ ਲਿਓ ਫਰੇਮ ਮਾੜਾ ਜਿਹਾ। ਹੁਣ ਕਾਲਜ ਦਾ ਨਾਮ ਕੀ ਹੈ ਜੀ? ਇਹਦਾ ਸਭ ਤੋਂ ਵੱਧ ਜ਼ੋਰ ਲੱਗਿਆ, ਪਰ ਤੂੰ ਮੇਰੀ ਹੱਕ 'ਚ ਖੜਿਆ, ਚੰਗੀ ਗੱਲ ਹੈ, ਠੀਕ ਹੈ? ਸੋ ਭਾਈ ਕਾਲਜ ਦਾ ਨਾਮ ਹੈ ਜੀ ਭਾਈ ਗੁਰਦਾਸ ਕਾਲਜ ਹੈ ਜੀ, ਸੰਗਰੂਰ ਜ਼ਿਲ੍ਹੇ 'ਚ ਅਸੀਂ ਖੜੇ ਹਾਂ। ਸਾਡਾ ਪਿੰਡ ਮੇਰਾ ਖੁਦ ਦਾ ਪਿੰਡ ਲੌਂਗੋਵਾਲਾ। ਸੋ ਜਦੋਂ ਆਪਣੇ ਪਿੰਡ ਦੇ ਨੇੜੇ ਤੇੜੇ ਲਾ ਲਓ ਆਪਣੇ ਕਾਲਜ ਸ਼ੋਅ ਲਾਉਣ ਦਾ ਮੌਕਾ ਮਿਲਦਾ, ਬੜੀ ਖੁਸ਼ੀ ਮਿਲਦੀ ਹੈ। ਸੋ ਅਸੀਂ ਬਹੁਤਾ ਸਮਾਂ ਨਾਲ ਆਉਂਦੇ ਹੋ, ਸਿੱਧਾ ਜਿਹੜੀ ਸ਼ੁਰੂਆਤ ਆ ਉਹ ਕਰਦੇ ਹਾਂ। ਨਾਮ ਕੀ ਹੈ ਵੱਡੇ ਭਾਈ ਆਪਣਾ ਜੀ? ਗੁਰਨੂਰ। ਗੁਰਨੂਰ ਭਾਈ ਕਿੱਥੋਂ ਜੀ? ਸੁਨਾਮ ਤੋਂ। ਸੁਨਾਮ ਤੋਂ, ਠੀਕ ਹੈ ਭਾਈ। ਇੱਥੇ ਕੀ ਕਰਦੇ ਹੋ ਜੀ? ਮੈਂ ਬੀਟੈਕ ਸੀਐਸਸੀ ਫਸਟ ਈਅਰ ਹੈ। ਬਹੁਤ ਚੰਗੀ ਗੱਲ ਹੈ, ਬਹੁਤ ਚੰਗਾ। ਕੀ ਕਰਨਾ ਚਾਹੁੰਦੇ ਹੋ ਲਾਈਫ 'ਚ ਜੀ? ਹੱਸਣਾ ਚਾਹੁੰਦੇ ਹੋ? ਹਾਂਜੀ, ਬਹੁਤ ਚੰਗਾ, ਹੱਸਣਾ ਚਾਹੀਦਾ, ਹੱਸਣਾ ਚਾਹੀਦਾ। ਹੁਣ ਉਰੇ ਕੀ ਪਰਫਾਰਮੈਂਸ ਕਰੋਗੇ ਜੀ? ਮੈਂ ਸੌਂਗ ਸੁਣਾ ਰਿਹਾ ਅਰਜੀਤ ਸਿੰਘ ਦਾ, ਮੈਂ ਤੈਨੂੰ ਸਮਝਾਵਾਂਗਾ। ਸਮਝਾਓ ਭਾਈ, ਸਮਝਾਓ ਕੈਮਰੇ 'ਚ ਇੱਕ, ਸਮਝਾਓ। ਮੈਂ ਤੈਨੂੰ ਸਮਝਾਵਾਂ ਕੀ ਨਾ ਤੇਰੇ ਬਾਜੋਂ ਲੱਗਦਾ ਜੀ, ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰਾਂ ਇੰਤਜ਼ਾਰ ਤੇਰਾ, ਤੂੰ ਦਿਲ ਤੋਂ ਜਾਨ ਮੇਰੀ, ਮੈਂ ਤੈਨੂੰ ਸਮਝਾਵਾਂ ਕੀ ਨਾ ਤੇਰੇ ਬਾਜੋਂ ਲੱਗਦਾ ਜੀ। ਤਾਰਿਆਂ ਦੀ ਲੋਏ ਮੇਰੀ ਜਾਣ ਆਪਾਂ ਦੋਏ, ਕਦੇ ਇਕੱਠੇ ਨਹੀਂ ਹੋਏ, ਕਿੰਨਾ ਚਿਰ ਹੋ ਗਿਆ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਨਾਮ ਕੀ ਹੈ ਭਾਈ? ਮੇਰਾ ਨਾਮ ਜਾਰਡਨਦੀਪ ਕੌਰ। ਕਿਆ ਬਾਤ ਹੈ, ਬੜਾ ਸੋਹਣਾ ਨਾਮ ਹੈ ਜੀ। ਬਹੁਤ ਚੰਗਾ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਮੈਂ ਮਲੇਰਕੋਟਲੇ ਤੋਂ, ਪਿੰਡ ਭੂਦਣ। ਅੱਛਾ, ਭੂਦੜ ਪਿੰਡ ਤੋਂ ਬਿਲੋਂਗ ਕਰਦੇ ਹੋ, ਠੀਕ ਹੈ ਜੀ। ਇੱਥੇ ਕੀ ਕਰਦੇ ਹੋ ਜੀ? ਇੱਥੇ ਬੀਕੌਮ। ਬਹੁਤ ਚੰਗਾ, ਇੱਕ ਇਹ ਹੁੰਦਾ ਵੀ ਮੈਨੂੰ ਆਹ ਸਬਜੈਕਟ ਬੜਾ ਚੰਗਾ ਲੱਗਦਾ ਹੁੰਦਾ ਹੈ। ਮਤਲਬ ਇੱਕਦਮ ਦਾ ਸੰਸੀਅਰ ਬੱਚਾ, ਸਿਆਣਾ ਬੱਚਾ, ਮੈਂ ਤੁਹਾਡੀ ਲੁੱਕ ਵੀ ਦੇਖਣ ਦੇ ਵੀ ਗੁੱਡ ਬੱਚੇ ਹੋ, ਪੜ੍ਹਨ ਵਾਲੇ ਬੱਚੇ ਹੋ ਜੀ? ਪੜ੍ਹਨ ਵਾਲੇ ਬੱਚੇ ਹੈਗੇ ਜੀ? ਰੀਪੇਅਰ ਆਈ ਹੋਈ ਹੈ ਜੀ? ਨਹੀਂ ਹਲੇ ਤੱਕ।
दुनिया खुश कीती है, बहुत अच्छा गाया, सीरियसली प्राउड ऑफ यू। थैंक यू सर। हिंदी गाना था, बड़ा अच्छा था। नाम क्या है भाई आपका? हर्ष मिश्रा। हर्ष मिश्रा, मिश्रा जी कहाँ से? बिहार से। बिहार से इतने के आने का सबब बने? सबब मतलब कैसे आना हुआ? यहाँ पर कैसे आए? यहाँ पर कैसे? कॉलेज में पढ़ने। वो एक अड़ा गौशाला चाहते है, मतलब इतने कौन से कोर्स के लिए यहाँ पर आए? बीटेक। बीटेक के लिए है, बहुत अच्छी बात है। यहाँ पर आप पढ़ने के लिए, हमें भी बड़ा अच्छा लगता है जब आप इतनी दूर हमारे पंजाब में आते हो। कैसा लगा पंजाब आपको इधर? अच्छा है। सब लोग कैसे लगते हैं? अच्छे हैं। गाना किसके लिए गाया? बस ऐसे गा दिया सर। ऊन ही बंदा मरदा आ कुका मरा ने इन्हों पिछे लग के ना गाई कि ऐसे दोस्तों के लिए। हाँ, बहुत बहुत अच्छी बात, अच्छी बात है। क्या एम क्या रखा है लाइफ में आपने? एम है सर, वही पूछ रहा हूँ। एम क्या है आपका लाइफ का? यार मैं ये चीज़ अचीव करना चाहता हूँ। बीटेक कर रहा हूँ सर, उसमें एम है अपना। अच्छा अच्छा, बहुत अच्छी बात है। शौक क्या क्या रखा है आपने? कैसा एक तो जिन्नी गल करता अखा जखा बागे करता। हॉबीज क्या क्या रखी हैं? हॉबीज एक तो फोन दी। शौक नूं होर कहिंदे ने हिंदी जी कहिंदे ने शौक नूं? रुचि। अच्छा समझ रहे हैं। रुचि क्या है आपकी? पढ़ने में है सर। जे मैं 2000 मीटर बोला, मेरा तेने पता बहुत जोर लग गया पै बोलन च। जोर समझते हो? जोर जी। हाँ बहुत ज्यादा लग रहा है मेरा। ठीक है, बहुत सोहना गाना गाया, बहुत सोहनी आवाज है। तो कोई परिवार च कौन कौन है जी? चेटा बेनती है, कोई चक्कर नहीं, कुका मेले जो लौड़ पै करूँ लै जा करी भाई होरियां नूं। की परिवार च कौन कौन है जी? मैं हूँ, मेरा भाई है। हाँ यहाँ पे कॉलेज में। नहीं नहीं, परिवार च आपकी फैमिली में कौन है, कौन कौन है? बिहार में जो आपकी फैमिली रहती है ना जी, किसके साथ तो आप रहते होगे? जी सर। किसके साथ रहते हो? माता पिता के साथ। अब वही पूछ रहा हूँ भाई। कितने जाने हो घर में? चार। चार जाने हो। स्टेप बाय स्टेप बता सर। फादर, हाँ, मदर, ब्रदर, हम। ठीक है, बहुत बढ़िया। सारे ना बढ़िया बन दी है साथ वादे करे प्यार किदे नाल है? हिंदी में बात कर, हिंदी में बात करता हूँ। जो आपके घर में रहते हैं ना, अब बोला था जी, उनमें सबसे ज्यादा प्यार किसके साथ है आपका? पापा के साथ। पापा के साथ है। पापा के, पापा के साथ क्यों ज्यादा है? तेरे दोस्तों बुला केड़े कड़े हमारा हाक मारे थे, बड़े भाई आज हो केड़े कड़े बेनती है आ जा, तेरे मुँह से लाली बहुत है, गलबात करा ऐ पे तुम तेने थोनू इतो। मैं नहीं, मेरा फ्रेंड लोग है। अब दोस्त मित्र है तभी चलता है। इसकी खास खास बातें क्या लगती हैं? इसकी तीन खास खास बातें क्या लगती हैं? फ्रेंड है सर, वही खास है। ज्यादा मैं शो छोड़ के जाना चाहे। फ्रेंड है सर, वही खास है। बहुत खास है। इसकी तीन बातें ऐसी आपको कौन कौन सी अच्छी लगती है, जो आपको लगता है मुझे इस बात से बहुत ज्यादा अच्छा लगता है? आपको इसकी तीन बातें कोई अच्छी लगती है? हाँ। क्या क्या लगती है? कोई बात बताते है, किसी को बताता नहीं। कोई बुरी बात कौन सी लगती है? मुझे मुझे जिस कहता है वो बुरी बात लगता है। क्या? मुझे स्लेजिंग करता है। अच्छा। हाँ। वो आपको बुरा लगता है? बुरा लगता है। ठीक है ठीक है। कोई क्या लगता है बियर, कितने साल की एज होगी भाई आपकी? 90। आपकी कितनी एज होगी? 20। कितनी साल तक आप मैरिज के बारे में सोचते हो, भी कब तक करवानी है? ये तो जानेगा, ये हैं यही जानेगा। इनू पता तू ब्याह कदों कराएगा? हां ये पूरा ये शादी कराएगा मेरा अपने बारे में। अच्छा शादी यही कराएगा मेरा? अच्छा कुड़ी इन्हें लभी हुई है? हां तू इहदे कोल छट रखी है? चल कोई नहीं, कोई ना कोई हल कढ़ देया। ये बता, ये दसेगा भी आपका किसकी लड़की से साथ मैरिज होगी? ये बताएगा? इसको पता है भी लड़की कौन है? पता नहीं है सर, ये शादी कराता है। अच्छा बचोला है। अच्छा बचोलिया का काम ये करता है? किन्ने के ब्याह कराते ने, किन्ने के होने तक?
हिंदी में बात करो सर, पंजाबी नहीं। कितनी का आपने शादी करवा दी अब तक और किन किन की? अभी एक भी नहीं। अच्छा पहला ब्याह 13 कराना है क्योंकि कुड़ी उन्हें पता है उन बाद चो नाली रखेंगे फिर दोस्ता प्यार प्यार है दोनों भाई में प्यार प्यार है ना, फिर क्या सोचते हो दोनों भाई? एक एक महीना रखेंगे। एक एक महीना? ठीक है कोई कोई गल, देखो इदा का प्यार होना चाहिए, मैनू भी आपका भाई समझी। सारे कोले तिन भरा आए ने, तो क्या मित्रो की हाल चाल है? मित्रो वधिया जी, वधिया ठीक ठाक वधिया। हां हां ई तुसी दसो, चढ़दी कला च? ओके जमा चढ़दी कला चो? जमा ही भाई, आंख खड़ी है। हां हां लाओ लाओ पहला आया है के मेरा किथे चलदा काम? ऐड घड़ी लेनी आंख दी। हां होर सुनाओ, शौक की रखदे हो? आ मुंडे दे शौक है, आ मुंडे दा शौक है। अच्छा शहरी दा शौक है, ले पहला शहरी आउण दे, बाकी गल बात फिर करदे आ। आउण दो शहरी। के रब्बा चकला सारे सोणिया नु, सोना रहे ना कोई जहान उत्ते, कोई अज मरे कोई कल मरे, मेला लग्या रहे कब्रस्तान उत्ते, जद मेरी जान सोनी जान दी बारी आवे, लकड़ा मुक जान सारे जहान उत्ते, फिर ता साडा भी मुल पऊ, जद सोना रहा ना कोई जहान उत्ते, जद सोना रहा ना कोई जहान। जैसे बातां दे कंट्रोल, कोई गल नहीं, तारी कंट्रोल ठीक है। बहुत बहुत सोहनी शायरी है, एक अद्धी होर आउण दे। ਤੁਸੀਂ ਸਪੋਰਟ ਰੱਖਣੀ ਆ ਨਾਲ ਪੂਰੀ? ਹਾਂ ਨਾ ਕੂਕ ਮਾਰਨੀ ਆ, ਇੱਕ ਅੱਧੀ ਕੂਕ ਵੀ ਆਉਣ ਦੇ ਪਹਿਲਾਂ। ਕਿ ਤੂੰ ਮੇਰਾ ਆਸਾ ਪਾਸਾ ਲੁੱਟ ਲੈ ਗਈ, ਕੀ ਰੋਣਾ ਸੱਜੇ ਖੱਬੇ ਨੂੰ, ਠੀਕ ਹੈ। ਮੈਨੂੰ ਇੱਕ ਦਿਨ ਮੇਰੀ ਮਾਂ ਪੁੱਛਦੀ ਹੈ ਦਾਰੂ ਨਾ ਰੱਜੇ ਨੂੰ, ਚੁੱਪ ਜਾ ਕਾਹਤੋਂ ਰਹਿਣਾ ਹੈ, ਮੈਂ ਕਿਹਾ ਮਾਂ ਪੁਰਾਣੀ ਆਸਾਂ ਫੇਰ ਜੁੜੀਆਂ ਨੇ, ਕਹਿੰਦੀ ਅੱਗੇ ਵਧਣਾ ਸਿੱਖ ਜੱਗ ਦੇ ਲੱਖਾਂ ਹੀ ਕੁੜੀਆਂ ਨੇ। ਅੱਛਾ ਮੈਂ ਕਿਹਾ ਅੱਗੇ ਵਧਣਾ ਸਿੱਖਿਆ ਨੀ ਮਾਂ, ਸੱਚ ਬੜਾ ਕੁਝ ਲਿਖਿਆ ਨੀ ਮਾਂ, ਕਿਆ ਬਾਤ ਹੈ, ਦਿਲੇ ਮੇਰਾ ਗੱਲ ਮੰਨਦਾ ਨੀ, ਦਿਲ ਉਹਦਾ ਕਿਉਂ ਗੈਰ ਤੇ ਅੜ ਗਿਆ, ਮਾਂ ਜੱਗ ਦੇ ਲੱਖਾਂ ਕੁੜੀਆਂ ਨੇ, ਸਾਡਾ ਸਾਡੇ ਭਾ ਦਾਦਾ ਜਾਗੇ ਮਰ ਗਿਆ, ਸਾਡੇ ਭਾ ਦਾਦਾ ਜਾਗੇ। ਕਿਆ ਬਾਤ ਹੈ, ਦੇਖੋ ਸਿੰਗਰ ਨਾਲ ਹੁੰਦੇ ਨੇ ਮਿਊਜ਼ੀਸ਼ੀਅਨ, ਉਹ ਜਿਹੜੇ ਪਿੱਛੇ ਵਜਾਉਂਦੇ ਵਜਾਉਂਦੇ ਆ, ਜਿਹੜਾ ਸ਼ਾਇਰ ਕਰਿਆ ਕਰੂ ਉਹਦੇ ਨਾਲ ਬਾਈ ਨੂੰ ਭੇਜਿਆ ਕਰਿਆ ਦੋਨਾਂ ਨੂੰ, ਥੋੜੀ ਤਨਖਾਹ ਦੀ ਗੱਲਬਾਤ ਕਰਦਾ ਮੈਂ, ਕਿੰਨੀ ਦਿਆ ਕਰਨਗੇ, ਚੱਕਰ ਨੇ ਬੜੀ ਕੂਕ ਕੂਕ ਦੁਬਾਰੇ ਮਾਰ ਫੈਨ ਨੇ ਤੇਰੀ ਸਾਰੀ, ਚੱਪੜਾਂ ਨਹੀਂ ਕੱਢਣੀਆਂ, ਕੋਈ ਗੱਲ ਨਹੀਂ, ਕਰਦੀ ਗੱਲ ਆ, ਹੋਰ ਗੱਲਬਾਤ ਕਰਦੇ ਆਪਾਂ, ਪਹਿਲਾਂ ਬਾਈ ਸ਼ਹਿਰੀ ਆਉਣ ਦੋ, ਤੂੰ ਉਵੇਂ ਕਰੀ ਸ਼ਹਿਰੀ ਤੈ ਵੀ ਸੁਣਾਉਣੀ ਆ ਸ਼ਹਿਰੀ, ਮੇਰਾ ਗੱਲ ਦੁਖਦਾ ਬਾਈ ਯਾਰ, ਤੁਸੀਂ ਤਾਂ ਸੁਣਾਓਗੇ ਸ਼ਹਿਰੀ, ਮੇਰਾ ਵੀ ਗੱਲ ਦੁਖਦਾ। ਠੀਕ ਹੈ ਬਹੁਤ ਵਧੀਆ, ਸੋ ਤੁਹਾਡਾ ਭਰਾ ਇਹ ਠੀਕ ਹੈ ਠੀਕ, ਬਹੁਤ ਸੋਹਣਾ ਭਰਾਵਾਂ ਦਾ ਪਿਆਰ ਬਣਿਆ ਹੋਇਆ, ਇਹਦੀ ਕੋਈ ਤਿੰਨ ਖਾਸ ਗੱਲਾਂ ਬਾਈ ਨੇ ਬਾਈ ਅੱਗੇ ਆਓ ਜੀ, ਬਹੁਤ ਸੋਹਣੇ ਲੱਗ ਰਹੇ ਹੋ, ਵੈਰੀ ਨਾਈਸ, ਇਹਨਾਂ ਵੀ ਨਹੀਂ ਜਾਣਾ। ਹਾਂ ਇਹ ਇਹਦੀਆਂ ਤਿੰਨ ਖਾਸ ਗੱਲਾਂ ਦੱਸ ਵੀ, ਇਸ ਗੱਲੋਂ ਮੈਨੂੰ ਬੜਾ ਵਧੀਆ ਲੱਗਦਾ ਇਹ, ਅੱਖਾਂ ਚੱਕਾਂ ਨਹੀਂ ਪਾਉਣੀਆਂ ਬਾਅਦ ਚੋਂ, ਸੋਹਣਾ ਬੜਾ ਜੀ, ਇੱਕ ਤਾਂ ਜੀ ਭਾਈਆਂ ਦਾ ਪਿਆਰ ਹੁੰਦਾ ਜਿਹੜਾ ਜੀ, ਬਹੁਤ ਚੰਗੀ ਗੱਲ ਹੈ ਬਹੁਤ। ਹਾਂ ਜੀ ਉਹ ਅਸੀਂ ਫੁੱਲ ਨਵਾਉਣੇ ਜੀ, ਠੀਕ ਹੈ, ਜੇ ਇਹਨੂੰ ਲੋੜ ਪੈਂਦੀ ਹੈ ਕੋਈ ਆਪਾਂ ਆਉਣੇ ਜੀ, ਜੇ ਸਾਨੂੰ ਲੋੜ ਪੈਂਦੀ ਹੈ ਜੀ ਇਹ ਹੁੰਦਾ ਜੀ, ਮਤਲਬ ਯਾਰੀ ਪੂਰੀ ਨਿਭਾਉਣੀ ਹੋ, ਯਾਰੀ ਪੂਰੀ ਪੱਕੀ ਹੈ ਜੀ। ਲੜਾਈ ਲੜੂਈ ਤਾਂ ਨਹੀਂ ਕਰਦੇ ਤੁਸੀਂ? ਲੜਾਈ ਲੜੂਈ ਜਿਹੜਾ ਯਾਰ ਬੜੇ ਸ਼ਰੀਫ ਆ ਗਏ, ਸ਼ਰੀਫੇ ਵਾਲੇ ਆ, ਸ਼ਰੀਫੀ ਵਾਲੇ ਆ ਵੀਰੇ ਯਾਰ, ਅਸੀਂ ਤਾਂ ਦੁਨੀਆਂ ਦਾ ਸਭ ਤੋਂ ਵੱਡਾ ਸ਼ਰੀਫ, ਇਹ ਤਾਂ ਵੀਰੇ ਪਾਣੀ ਵੀ ਪੁਣ ਕੇ ਪੀਨੇ ਯਾਰ, ਬਹੁਤ ਚੰਗੀ ਗੱਲ ਆ ਪੁਣ ਕੇ। ਮੈਨੂੰ ਇਹ ਦੱਸ ਬਈ ਯਾਰ ਵੀ ਕਦੇ ਇਦਾਂ ਦਾ ਸੀਨ ਹੋਇਆ, ਮੰਨ ਕੇ ਚੱਲ ਵੀ ਇਹ ਹੁੰਦਾ, ਤੁਸੀਂ ਨਸ਼ੇ ਪੱਤੇ ਤੋਂ ਦੂਰੋਂ ਪਹਿਲਾਂ ਮੈਨੂੰ ਇਹ ਦੱਸੋ, ਵੀਰੇ ਇਹਦਾ ਹੱਥ ਨਹੀਂ ਲਾਉਂਦੇ ਯਾਰ, ਆਦੇ ਮੇਰਾ ਤਾਂ ਹੱਥ ਵੀ ਦੁਖਦੇ ਨੇ ਯਾਰ, ਇਹ ਹੱਥ ਨਹੀਂ ਲਾਉਂਦੇ ਸਿੱਧਾ ਹੀ ਲਾਉਂਦੇ ਆ, ਮੂਹੇ ਲਾਉਣੇ ਨੇ ਸਿੱਧਾ ਹੀ, ਨਹੀਂ ਮਜ਼ਾਕ ਕਰਦੇ ਤਾਂ ਮਜ਼ਾਕ ਕਰਦੇ ਆ, ਪੰਜਾਬ 'ਚ ਬਹੁਤ ਵੱਡਾ ਮੁੱਦਾ ਜਿਹੜਾ ਨਸ਼ਿਆਂ ਦਾ ਚੱਲਿਆ ਹੋਇਆ, ਸੋ ਤੇ ਸਾਡੇ ਨਾਲ ਤਿੰਨ ਭਰਾ ਖੜਨੇ ਜਿਹੜੇ ਨਸ਼ਿਆਂ ਦੇ ਸਪੀਚ ਦੇਣੀ ਵੀ ਭਾਈ ਨਸ਼ਾ ਜਿਹੜਾ ਨਹੀਂ ਕਰਨਾ ਚਾਹੀਦਾ, ਆ ਸੀਨੀਅਰ ਨੇ ਜੀ ਸਾਡੇ ਇਹਨਾਂ ਤੋਂ, ਦੋਵੇਂ ਇਕੱਠੇ ਬੋਲਾਂ, ਨਸ਼ਾ ਛੱਡੋ ਕੂਲ ਪਕੜੋ, ਨਸ਼ਾ ਛੱਡੋ ਕੂਲ ਪਕੜੋ, ਠੀਕ ਹੈ ਠੀਕ ਹੈ, ਬਹੁਤ ਵਧੀਆ ਲੱਗਿਆ ਗੱਲਬਾਤ ਗੌਰ ਸ਼ੇਅਰ ਕਰਨਾ ਚਾਹੁੰਦੇ ਮੇਰਾ ਭਰਾ, ਸੋ ਕਿਆ ਬਾਤ ਹੈ, ਤਿੰਨੋਂ ਭਰਾਵਾਂ ਲਈ ਜ਼ਰੂਰ ਤਾੜੀਆਂ ਲਾ ਦਿਓ ਮੇਰਾ ਭਰਾ, ਬਹੁਤ ਵਧੀਆ ਲੱਗਿਆ ਵੀ ਗੱਲਬਾਤ ਕਰਕੇ, ਬਹੁਤ ਵਧੀਆ ਜਿਹੜੀ ਤੁਹਾਡੀ ਯਾਰੀ ਦੋਸਤ ਆ ਉਹ ਇੱਦਾਂ ਹੀ ਬਣੀ ਰਹੇ।
ਸੋ ਕਿਆ ਵਾ ਮਿੱਤਰੋ ਭਾਈ ਤੁਸੀਂ ਹੁਣ ਕੁੜੀਆਂ ਦਾ ਜਾਂ ਸਟੂਡੈਂਟ ਦਾ ਕਹਿ ਦਿਓ ਤੁਸੀਂ ਭਾਈ ਭੰਗੜਾ ਦੇਖਿਆ ਅਤੇ ਮੈਂ ਕਹਿੰਦਾ ਜੇ ਹੁਣ ਆਪਾਂ ਤੁਹਾਨੂੰ ਟੀਚਰ ਸਾਹਿਬਾਨਾਂ ਦਾ ਭੰਗੜਾ ਦਿਖਾ ਦਈਏ ਫਿਰ ਮੰਨੋਗੇ ਉਹ ਭਾਈ ਟੀਚਰਾਂ ਦਾ ਭੰਗੜਾ ਦੇਖਣਾ ਚਾਹੁੰਦੇ ਹੋ ਮਨ ਮਾਰ ਕੇ ਬੋਲਿਓ ਚੰਦਰੇ ਇਹ ਤਾਂ ਹੱਸ ਕਿਹੜਾ ਕਰਦੇ ਹਾਂ ਸੋ ਭਾਈ ਟੀਚਰ ਭੰਗੜਾ ਦੇਖਣਾ ਚਾਹੁੰਦੇ ਹੋ ਜੀ ਸੋ ਮੇਰੀ ਬੇਨਤੀ ਹੈ ਟੀਚਰ ਸਾਹਿਬਾਨਾਂ ਨੂੰ ਜੀ ਉਹ ਵੀ ਆਓ ਭਾਈ ਅਤੇ ਜਿਹੜਾ ਆਪਾਂ ਹੱਸ ਖੇਡਦੇ ਨਾਲ ਜਿਹੜਾ ਟੀਚਰ ਸਾਹਿਬਾਨ ਜਿਹੜਾ ਭੰਗੜਾ ਅਸੀਂ ਜ਼ਰੂਰ ਦੇਖੀਏ ਸੋ ਤਾੜੀਆਂ ਲਓ ਆਫਿਸਰਾਂ ਲਈ ਬਹੁਤ ਬਹੁਤ ਸੋ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਕਰਦਾ ਜੇ ਇੱਥੇ ਅੱਜ ਆਪਣਾ ਇਵੈਂਟ ਹੋਇਆ ਜਾਂ ਅਸੀਂ ਪਹੁੰਚੇ ਹਾਂ ਸਕੂਲ ਮਹਿਕਮਾ ਟੀਮ ਸਾਰੀ ਪਹੁੰਚੀ ਹੈ ਸੋ ਕਿਤੇ ਨਾ ਜਿਹੜਾ ਮੇਨ ਸਹਿਯੋਗ ਹੈ ਸਾਡੇ ਰਣਜੀਤ ਸਰ ਦੀ ਹੈ ਕੋਈ ਸਾਡੇ ਇਹਨਾਂ ਨਾਲ ਹੀ ਗੱਲਬਾਤ ਹੋਈ ਸੀ ਇਹਨਾਂ ਨੂੰ ਸਾਨੂੰ ਕਿਹਾ ਵੀ ਇੱਕ ਹੋਪ ਨਹੀਂ ਹੁੰਦੀ ਐਂ ਹੁੰਦਾ ਵੀ ਅਸੀਂ ਬਾਗ ਕੇ ਪਤਾ ਨਹੀਂ ਕਿਹੋ ਜਿਹਾ ਮਾਹੌਲ ਕੀ ਸਿਸਟਮ ਹੋਊਗਾ ਪਰ ਜਿੰਨੀ ਮੈਂ ਹੋਪ ਲਾ ਗਿਆ ਸੀ ਉਸ ਸਾਰ ਮੈਨੂੰ ਵਧੀਆ ਮਾਹੌਲ ਮਿਲਿਆ ਜੀ ਵਧੀਆ ਬੱਚੇ ਨੇ ਬਹੁਤ ਸੋਹਣਾ ਮੈਨੂੰ ਟੈਲੈਂਟ ਮਿਲਿਆ ਸੋ ਜ਼ੋਰਦਾਰ ਤਾੜੀ ਆਪਣੇ ਟੀਚਰ ਲਈ ਅਤੇ ਆਪਣੇ ਕਾਲਜ ਲਈ ਜ਼ਰੂਰ ਲਾ ਦਿਓ ਸੋ ਹੁਣ ਮੈਂ ਕਹਿੰਦਾ ਬਹੁਤੀਆਂ ਗੱਲਾਂ ਆਪਾਂ ਨਾ ਕਰੀਏ ਸੋ ਫਿਰ ਭੰਗੜਾ ਦਿਖਾ ਦਈਏ ਦਿਖਾ ਦਿਓ ਜੀ ਹਿੰਦੀ ਭਰਾ ਆਇਆ ਸੋ ਹਿੰਦੀ ਭਰਾ ਪਤਾ ਤਾੜੀ ਲਾਓ ਆਪਣੇ ਭਰਾ ਲਈ ਯਾਰ ਕੋਈ ਦੀਵਾਨਾ ਕਹਿਤਾ ਹੈ ਕੋਈ ਪਾਗਲ ਸਮਝਤਾ ਹੈ ਮਗਰ ਧਰਤੀ ਕੀ ਬੇਚੈਨੀ ਕੋ ਸਿਰਫ ਬਾਦਲ ਸਮਝਤਾ ਹੈ ਤੂੰ ਮੁਝਸੇ ਦੂਰ ਕੈਸੀ ਹੋ ਮੈਂ ਤੁਝਸੇ ਦੂਰ ਕੈਸਾ ਹੂੰ ਯਾ ਤੇਰਾ ਦਿਲ ਸਮਝਤਾ ਹੈ ਯਾ ਮੇਰਾ ਦਿਲ ਸਮਝਤਾ ਹੈ ਸਮੁੰਦਰ ਪੀਰ ਕੇ ਅੰਦਰ ਹੈ ਲੇਕਿਨ ਰੋ ਨਹੀਂ ਸਕਤਾ ਯੇ ਆਸੂ ਪਿਆਰ ਕੇ ਮੋਤੀ ਹੈ ਲੇਕਿਨ ਖੋ ਨਹੀਂ ਸਕਤਾ ਮੇਰੀ ਚਾਹਤ ਕੋ ਤੂੰ ਆਪਣਾ ਬਣਾ ਲੈਣਾ ਮਗਰ ਸੁਣ ਲੇ ਜੋ ਤੇਰਾ ਹੋ ਨਹੀਂ ਸਕਤਾ ਉਹ ਮੇਰਾ ਹੋ ਨਹੀਂ ਸਕਤਾ ਕਿਆ ਬਾਤ ਹੈ ਤਾੜੀ ਜਿਹੜੀ ਗਜ਼ਲ ਬੋਲੀ ਨਾ ਕਿਤੇ ਨਾ ਕਿਤੇ ਮੁਹੱਬਤ ਸੇ ਲੇਟ ਕਰਤੀ ਹੈ ਹਨਾ ਮੁਹੱਬਤ ਆਪਕੇ ਹਿਸਾਬ ਸੇ ਕਿਤਨੀ ਬਾਰ ਹੋ ਸਕਤੀ ਹੈ ਮੁਹੱਬਤ ਇੱਕ ਬਾਰ ਹੋਤੀ ਹੈ ਸਿਰਫ ਫਸਟ ਟਾਈਮ ਉਸਕੇ ਬਾਅਦ ਮੁਹੱਬਤ ਨਹੀਂ ਹੋਤੀ ਫਿਰ ਤੂੰ ਬਸ ਬਤਾ ਨਹੀਂ ਸਕਤਾ ਦਿਲ ਕਿਤਨੀ ਬਾਰ ਟੁੱਟ ਸਕਤਾ ਹੈ ਦਿਲ ਤੋ ਇੱਕ ਬਾਰ ਟੂਟਾ ਹੈ ਮੇਰਾ ਤੋ ਮੈਂ ਫੀਲ ਕਰਦਾ ਹੂੰ ਉਸਕੋ ਅੱਛਾ ਦਿਲ ਟੁੱਟਿਆ ਹੋਇਆ ਤੇਰਾ ਹਾਂ ਦਿਲ ਟੁੱਟਾ ਹੈ ਦੁਬਾਰੇ ਸੋਚਿਆ ਜੋੜਨ ਵਾਸਤੇ ਨਹੀਂ ਅਬ ਉਸ ਵੋ ਮੁਹੱਬਤ ਨਹੀਂ ਹੋਗੀ ਜੋ ਪਹਿਲੇ ਥੀ ਵੋ ਫੀਲ ਨਹੀਂ ਆਏਗੀ ਜੇ ਉਹ ਪਹਿਲਾਂ ਵਾਲੀ ਮੁਹੱਬਤ ਵਾਪਸ ਆ ਜੇ ਕਿਆ ਅਗਰ ਵੋ ਪਹਿਲੇ ਵਾਲੀ ਮੁਹੱਬਤ ਵਾਪਸ ਆ ਜਾਏ ਉਸਕੋ ਅਕਸੈਪਟ ਕਰੋਗੇ ਉਹ ਅਕਸੈਪਟ ਕਰ ਲੂੰਗਾ ਲੇਕਿਨ ਉਸਮੇ ਵੀ ਥੋੜੀ ਉਹ ਹੋਤੀ ਹੈ ਨਾ ਆਪਕੋ ਮੈਂ ਉਹ ਸੀਕਰੇਟ ਹੋ ਸੀਕਰੇਟ ਬਤਾਉਂਗਾ ਯਹਾਂ ਨਹੀਂ ਬਤਾ ਕੰਨ 'ਚ ਦੱਸ ਦੇ ਕੀ ਗੱਲਬਾਤ ਹੈ ਕਿਆ ਹਿੰਦੀ ਵਿੱਚ ਗੱਲ ਕਰੋ ਹਾਂ ਹਿੰਦੀ 'ਚ ਗੱਲ ਕਰ ਹਿੰਦੀ 'ਚ ਗੱਲਬਾਤ ਕਰਦੇ ਹਾਂ ਕਿਆ ਸ਼ੌਂਕ ਕਿਆ ਕਹਿ ਰੱਖੇ ਹੈ ਸੌਂਗ ਹਾਂ ਸੌਂਗ ਤੋਂ ਮਤਲਬ ਐਨੀ ਟਾਈਮ ਹੌਬੀ 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 ਮਤਲਬ ਆਦਤ ਹੌਬੀਜ਼ ਤੋਂ ਲਾਈਫ ਮੈਂ ਬਸ ਯਹੀ ਕਰਨੇ ਕਿ ਥੋੜਾ ਅੱਛਾ ਕਰਨੇ ਘਰ ਵਾਲੋ ਕੇ ਲਈ ਅੱਛਾ ਕਰੋ ਫਿਊਚਰ ਕੋ ਅੱਛਾ ਬਣਾਓ ਮਤਲਬ ਆਪਣੇ ਉੱਪਰ ਡਿਪੈਂਡ ਹੋਤਾ ਹੈ ਕਿਸ ਕੇ ਸਾਥ ਫਿਊਚਰ ਅੱਛਾ ਬਣਾਉਣਾ ਚਾਹਤੇ ਹੋ ਮਤਲਬ ਫਿਊਚਰ ਤੋ ਖੁਦ ਹੀ ਅੱਛਾ ਬਣਾ ਸਕਤਾ ਹੂੰ ਔਰ ਕਿਸ ਕੇ ਸਾਥ ਬਣਾਉਂਗਾ ਮੈਂ ਫੋਕਸ ਕਰਨਾ ਹੋਤਾ ਹੈ ਇੱਕ ਉਹ ਹੋਤਾ ਹੈ ਮਤਲਬ ਓ ਸੁਣਨ ਦਾ ਦੇ ਦੋ ਆਉਣ ਦੋ ਆਉਣ ਦੋ ਆਉਣ ਦੇ ਇੱਕ ਮਤਲਬ ਕਿਆ ਬੋਲਤੇ ਹੈ ਉਸਕੋ ਉਹ ਯਾਦ ਕਰ ਪਹਿਲਾਂ
एक ड्रीम होता है अपना और उस पे फोकस करना होता है। बहुत अच्छी बात है। उस पे फोकस ऐसे करना होता है, उसे शिद्दत से करो उस पे फोकस, ऐसा नहीं कि मतलब उस पे ध्यान मत दो। ये आपने जो मोहब्बत की थी, आपने जो मोहब्बत की थी वो आपने शिद्दत से की थी। शिद्दत से की थी मैंने उससे मोहब्बत। काम क्यों नहीं बढ़ा? उसने मुझे छोड़ा, अगर वो रीजन बता देती ना तो तब मैं सेटिस्फाई हो जाता। अच्छा, रीजन नहीं बता के गई हो? क्या रीजन नहीं बता के गई? हाँ, रीजन ही तो नहीं बताया उसने क्यों छोड़ा मुझे। कितना टाइम हो गया सी? उसे समथिंग 6 मंथ हो गए, उसकी कॉल नहीं आती मेरे पास। हर चीज मैं ना ऐसा बंदा हूँ इंडिपेंडेंट। कोई नहीं गलबात कर दे, अगे आ जाए, तेन पड़काऊ दे, सच नहीं बोलना दी। हाँ। मैं हर चीज का मतलब जैसा इन्वायरमेंट होता हूँ उसमें अडेप्ट हो जाता हूँ, मतलब जैसा जहाँ फील आती है मैं उस फील को दिल से लेता हूँ, ऐसा बंदा हूँ। इमोशनल बंदा जाता है? हाँ, इमोशनल हूँ, इमोशनल मतलब कूल एनी टाइम। बहुत अच्छी बात है, बहुत अच्छी बात है। तेरे दोस्त मित्र केड़े केड़े खास खास ने? हाँ नहीं, हाँ नहीं, केड़े केड़े ने? क्या आगे आगे आ गया, ये आपका दोस्त है, बेस्ट फ्रेंड है, चाला जट्टा, चाला चाला धक्का ना कर। आपका नाम क्या है? नदीम अहमद। नदीम महमद अहमद, कहाँ से हो भाई? मैं हरियाणा मेवात से हूँ। अच्छा, हरियाणा तू है, चंगी गल है बहुत। तुसी कि मैं इत्थे कि मैं सोचिया फिर दोस्तों ने फसा दिया मुझे। ये दोस्त ही मरवांदे हुंदे आ, किथे किथे फसाए दे हुण तक, इन्हें कितने इत्थे फसाता। 3 बार लड़ाई करवा दी सुबह यार। लड़ना देख माड़ी गल आऊं, मुंडे बड़े तरीके लड़दे लुड़दे है, थप्पड़ थपड़ाई भी होंगे, बाले मारदे, कदे कुछ मारदे है। कुड़ियां दी लड़ाई देखी है कदे? बाला पकड़दे ने। दस दस दस, अज ओही सुनना आया मैं, किस्सा दस की होया सी? वो तो मैं वैसे ही देखा जी मोबाइल ते। ठीक है, बढ़िया बन दी आवाज पे सारे दी। अच्छी बन दी भाई साहब, बहुत अच्छे बंदे है तो। क्या बोला, बहुत अच्छा बंदा या बंद? बंदे अच्छा बंद। तुझे सोचता हूँ मैं शाम सुबह, इससे ज्यादा तुझे और चाहूँ तो क्या।